ਅੱਜ ਸਾਡਾ ਟੂਰ ਹੈਗਾ ਚਿੰਤਪੁਰਨੀ ਦਾ। ਜਾਣਾ ਸੁਬਹਾ 4 ਵਜੇ ਸੀ, ਪਰ ਬਾਰਿਸ਼ ਬਹੁਤ ਜ਼ਿਆਦਾ ਹੋ ਗਈ ਅਤੇ ਇਸ ਕਰਕੇ ਥੋੜ੍ਹਾ ਲੇਟ ਹੋ ਗਿਆ। ਅਤੇ ਮੌਸਮ ਤਾਂ ਹੁਣ ਵੀ ਬਹੁਤ ਵਧੀਆ ਲੱਗਦਾ ਨਹੀਂ ਕਿ 7 ਵਜੇ ਆ, ਮੌਸਮ ਤਾਂ ਐਂ ਜਿਵੇਂ 4 ਵਜੇ ਹੋਇਆ। ਪਿੱਛੇ ਬਾਰਿਸ਼ ਤੁਸੀਂ ਦੇਖ ਸਕਦੇ ਹੋ। ਅਤੇ ਮੈਂ ਅਤੇ ਸਾਡੇ ਨਾਲ ਤਾਂ ਵੱਡੇ ਭਾਈ ਸਾਹਿਬ ਸਾਡੇ ਗੌਰਵ ਸੂਦ ਜੀ ਸਾਡੇ ਨਾਲ ਚੱਲੇ ਆ। ਥੋੜ੍ਹੀ ਦੇਰ ਤੱਕ ਫਿਰ ਮਿਲਦੇ ਆਪਾਂ ਤੁਹਾਨੂੰ ਰਸਤੇ 'ਚ, ਨਾ ਮਾਹੌਲ ਦਿਖਾਉਂਦੇ ਕੀ ਬਣਦਾ। ਉਦੋਂ ਤੱਕ ਕਰੋ ਵੇਟ, ਥੋੜ੍ਹੀ ਦੇਰ ਤੱਕ ਮਿਲਦੇ ਹਾਂ। ਜੀ ਅਸੀਂ ਪਹੁੰਚ ਗਏ ਲਾਂਬੜਾ। ਬਾਰਿਸ਼ ਬਹੁਤ ਜ਼ਿਆਦਾ ਸੀ ਸਾਰੇ ਰਸਤੇ ਮੋਗੇ ਤੋਂ ਲੈ ਕੇ ਹੁਣ ਤੱਕ, ਸਾਰੇ ਪਾਸੇ ਰਾਤ ਦੀ ਬਾਰਿਸ਼ ਹੈ ਜੀ। ਆਹ ਦੇਖੋ ਕੱਪੜੇ ਸਾਡੇ, ਦੇਖੋ ਨਿਚੜੇ ਹੀ ਜਾਂਦੇ ਸਾਰੇ, ਟੀ ਸ਼ਰਟ ਕੈਪਰੀਆਂ ਹਜੇ ਤਾਂ ਪਾਈਆਂ ਚੱਪਲਾਂ ਸੀ, ਬੂਟ ਪਾਏ ਹੁੰਦੇ ਤਾਂ ਸ਼ਾਇਦ ਸਾਡੇ ਬੂਟਾਂ ਕਰਕੇ ਪੈਰ ਗਲਣ ਦੇ ਸੰਭਾਵਨਾ ਜ਼ਿਆਦਾ ਸੀ। ਅਸੀਂ ਬੂਟ ਲੈ ਆਏ ਹਾਂ, ਅੱਗੇ ਜਾ ਕੇ ਦੇਖਾਂਗੇ ਜੇ ਮੌਸਮ ਠੀਕ ਹੋਇਆ ਤਾਂ ਬੂਟ ਪਾਵਾਂਗੇ, ਨਹੀਂ ਤਾਂ ਚੱਪਲਾਂ ਨਾਲ ਹੀ ਦਰਸ਼ਨ ਕਰਕੇ ਆਉਣੇ ਪੈਣੇ ਅੱਜ ਤਾਂ। ਹੁਣ ਅਸੀਂ ਰੁਕੇ ਢਾਬੇ 'ਤੇ, ਚਾਹ ਪੀੜੀਏ ਅਤੇ ਚੱਲਦੇ ਹਾਂ ਅੱਗੇ। ਵੀਡੀਓ ਤਾਂ ਨਹੀਂ ਜ਼ਿਆਦਾ ਬਣਦੀ ਕਿ ਬਾਰਿਸ਼ ਫੋਨ ਨਹੀਂ ਨਿਕਲਣਾ, ਜਿੱਥੇ ਰੁਕੇ ਉੱਥੋਂ ਤੁਹਾਨੂੰ ਅਸੀਂ ਵੀਡੀਓ ਬਣਾ ਕੇ ਉੱਥੋਂ ਦਾ ਬਲੌਗ ਦਿਖਾਵਾਂਗੇ। ਆਹ ਸਾਡਾ ਬਾਰਿਸ਼ ਦਾ ਮਾਹੌਲ ਆ, ਬਾਹਰ ਥੋੜ੍ਹੀ ਬਾਰਿਸ਼ ਆ, ਚਾਹ ਪੀਂਦੇ ਹਾਂ ਫਿਰ ਮਿਲਦੇ ਹਾਂ। ਦੇਖੋ ਜੀ ਆਹ ਹੈਗਾ ਜੀ ਸਾਹਮਣੇ ਦੂਰਦਰਸ਼ਨ ਦਾ ਟਾਵਰ, ਇੱਥੇ ਪੈਂਦੀ ਵੀ ਸਨੋਫਾਲ ਚੱਲ, ਅਤੇ ਤੁਸੀਂ ਇਹ ਦੇਖੋ ਅੱਧਾ ਟਾਵਰ ਦਿਖਦਾ, ਅੱਧਾ ਟਾਵਰ ਹੀ ਨਹੀਂ ਦਿੰਦਾ, ਇੰਨੇ ਜ਼ਿਆਦਾ ਬੱਦਲ ਹੈ, ਬਾਰਿਸ਼ ਬਹੁਤ ਜ਼ਿਆਦਾ। ਕਲੋਜ਼ ਤੋਂ ਦਿਖਾਉਂਦੇ ਹਾਂ ਤੁਹਾਨੂੰ, ਬਾਰਿਸ਼ ਬਹੁਤ ਹੈ। ਦੇਖੋ ਬਾਰਿਸ਼ ਤੁਹਾਡੇ ਲਈ, ਆਪਾਂ ਤੁਹਾਡੇ ਦਿਖਾਉਣ ਲਈ ਵੀਡੀਓ ਬਣਾ ਰਹੇ ਹਾਂ ਬਾਰਿਸ਼ ਦੇ ਵਿੱਚ। ਅਤੇ ਉਹ ਟਾਵਰ ਆ ਜੀ ਸਾਹਮਣੇ, ਅੱਧ ਬਚਤਾ ਦਿੰਦਾ, ਅੱਧ ਬਚਤਾ ਬੱਦਲਾਂ 'ਚ ਲੁਕਿਆ ਹੋਇਆ ਵਾ। ਇੱਕ ਤਾਂ ਜਲੰਧਰ ਦੇ ਰੋਡ ਬੜੇ ਖਰਾਬ ਹੈ, ਗਿਰਤੇ ਗਿਰਤੇ ਬੱਚੇ, ਹਾਂ ਹੁਸ਼ਿਆਰਪੁਰ ਰਹਿ ਗਿਆ ਜੀ 7 ਕਿਲੋਮੀਟਰ, ਅਤੇ ਅੱਜ ਹੀ ਪਿਆ ਬਾਰਿਸ਼, ਹੁਣ ਰੁਕੀ ਹੈ। ਆਹ ਦੇਖ ਲਓ ਹਜੇ ਵੀ ਮੌਸਮ ਬੱਦਲ ਵਾਲੀ ਆ। ਆਹ ਸੋਨਾਲਿਕਾ ਦੀ ਟਰੈਕਟਰ ਦੀ ਏਜੰਸੀ ਹੈ, ਦੁਬਈ ਵਾਲੇ ਟਰਾਲੇ ਇੱਥੇ ਤੁਰ ਰਹੇ ਆ। ਤੁਸੀਂ ਸੁਣੋ ਕਿ ਸੋਨਾਲਿਕਾ ਦੀ ਫੈਕਟਰੀ ਘੱਟੋ ਘੱਟ 5 ਕਿਲੋਮੀਟਰ ਤੱਕ ਫੈਲੀ ਹੋਈ ਆ, ਐਡੀ ਲੰਬੀ ਫੈਕਟਰੀ ਆ ਅਤੇ 5 ਗੇਟ ਆ ਇਹਨਾਂ ਦੇ। ਹੁਸ਼ਿਆਰਪੁਰ ਤੋਂ 7 ਕਿਲੋਮੀਟਰ ਉਹ ਇਹਨਾਂ ਦੀ ਫੈਕਟਰੀ ਹੈ। ਉਹ ਰੋਡ 'ਤੇ ਆਪਾਂ ਜਾਣਾ ਸਿੱਧਾ, ਬਾਕੀ ਹੁਣ ਗਾਂ ਹੁਣ ਚਿੰਤਪੁਰਨੀ ਦੇ ਸਟਾਰਟਿੰਗ 'ਤੇ ਰੁਕਾਂਗੇ, ਦੇਖਦੇ ਹਾਂ। ਬਾਕੀ ਚੜ੍ਹਾਈ ਹੋ ਗਈ ਸ਼ੁਰੂ, ਅਤੇ ਹਜੇ ਤੱਕ ਪੰਜਾਬ ਦੀ ਖਾਧੀ ਹੈ, ਅਤੇ ਆਹ ਪਹਾੜੀ ਇਲਾਕਾ ਇੱਧਰ ਸ਼ੁਰੂ ਸਟਾਰਟਿੰਗ ਹੈ ਚੱਲ ਰਿਹਾ। ਮੌਸਮ ਖਰਾਬ ਆ, ਬਾਰਿਸ਼ ਨਹੀਂ ਹਜੇ ਹੋ ਰਹੀ, ਪਰ ਧਿਆਨ ਨਾਲ ਬਾਈਕ ਚਲਾਓ, ਗੱਡੀ ਚਲਾਓ, ਸਲੋ ਡਰਾਈਵਿੰਗ ਸੇਫ ਡਰਾਈਵਿੰਗ। ਸਾਡੇ ਡਰਾਈਵਰ ਸਾਹਿਬ ਬਹੁਤ ਵਧੀਆ ਆਰਾਮ ਨਾਲ ਚਲਾ ਰਹੇ ਆ, ਉਹ ਗੱਲ ਵੱਖਰੀ ਆ, ਕਿਸੇ ਵੇਲੇ ਓਵਰਲੋਡ ਹੋ ਜਾਂਦਾ, ਡਰ ਲੱਗਦਾ ਨਾ ਪਿੱਛੇ ਵਾਲੇ ਬੰਦੇ ਨੂੰ, ਚਲਾਉਣ ਵਾਲੇ ਨੂੰ ਡਰ ਘੱਟ ਲੱਗਦਾ, ਪਿੱਛੇ ਵਾਲੇ ਬੰਦੇ ਨੂੰ ਜ਼ਿਆਦਾ ਡਰ ਲੱਗਦਾ ਵੀ ਲੱਤਾਂ ਗੋਡੇ ਨਾਲ ਛਿੱਲੇ ਜਾ। ਬਹੁਤ ਜ਼ਿਆਦਾ ਖਤਰਨਾਕ ਮੋੜ ਹੈ ਜੀ ਇੱਥੇ ਪਹਾੜੀ ਇਲਾਕੇ ਦੇ, ਪਰ ਸਾਡੇ ਡਰਾਈਵਰ ਇੱਕਦਮ ਪੱਕੇ ਡਰਾਈਵਰ ਹੈ, ਪਰ ਉਹ ਗੱਲ ਵੱਖਰੀ, ਬੜਾ ਪਿੱਛੇ ਵਾਲੇ ਬੰਦੇ ਦੀ ਜਾਨ ਨਿਕਲ ਜੇ। ਮੌਸਮ ਬਹੁਤ ਵਧੀਆ, ਅਸੀਂ
ਇਸ ਵੇਲੇ ਹੈ ਨਹੀਂ, ਬੱਦਲ ਪੂਰੇ ਹੈ। ਪਹਾੜੀ ਇਲਾਕੇ ਦਾ ਲਓ ਆਨੰਦ, ਦਰਸ਼ਨ ਕਰੋ। ਮੇਲੇ ਸ਼ੁਰੂ ਹੋ ਮਈਆ ਦੇ ਹੁਣ ਥੋੜ੍ਹੇ ਦਿਨਾਂ ਨੂੰ, ਰਸ਼ ਹੋ ਜਾਣਾ ਪੂਰਾ ਇੱਥੇ ਜ਼ਿਆਦਾ। ਇਸ ਸਰਕਤ ਤੋਂ ਪਹਿਲਾਂ ਆਪਾਂ ਮੱਥਾ ਟੇਕ ਲਈਏ। ਪੂਰੇ ਇੱਕ ਸਾਲ ਬਾਅਦ ਆਪਣਾ ਚੱਕਰ ਲੱਗਿਆ ਤੇ ਸਾਡੇ ਸੂਰ ਸਾਹਿਬ ਦਾ 15 ਸਾਲ ਬਾਅਦ, ਇਹ ਕਹਿੰਦੇ ਨਹੀਂ ਮੈਨੂੰ 15 ਸਾਲ ਹੋ ਗਏ ਆ ਇੱਥੇ ਆਇਆ ਨੂੰ ਮੱਥਾ ਟੇਕਣ, ਅਤੇ ਅੱਜ 15 ਸਾਲਾਂ ਬਾਅਦ ਮੇਲ ਹੋਣ ਲੱਗਾ ਦੁਬਾਰਾ। ਮਿਲਦੇ ਹਾਂ ਫਿਰ ਅੱਗੇ ਜਾ ਕੇ, ਸ਼ਿਵਬਾੜੀ ਮਿਲਦੇ ਹਾਂ ਥੋੜ੍ਹੀ ਦੇਰ ਤੱਕ। ਜਿਹੜਾ ਵੀ ਬੰਦਾ ਭਗਤ ਆਊਗਾ ਇੱਥੇ, ਉਹਨੂੰ ਰੋਟੀ ਪਾਣੀ ਦੀ ਕੋਈ ਟੈਨਸ਼ਨ ਨਹੀਂ ਗੀ, ਸਵੇਰੇ ਸ਼ਾਮ ਜਦੋਂ ਮਰਜ਼ੀ ਆਓ ਲੰਗਰਾਂ ਦੇ ਕੋਈ ਮਾਹੌਲ। ਇੱਧਰ ਪਹਾੜ, ਇਹਨੂੰ ਕਹਿੰਦੇ ਰੱਬ ਦੀ ਦੇਣ, ਕੁਦਰਤੀ ਪਹਾੜ ਹੈ। ਆਹ ਦੇਖੋ ਜੀ ਇੱਧਰ ਆਈਆਂ, ਆਹ ਦੇਖੋ ਜੀ ਇਹਨਾਂ ਨੂੰ, ਜਦੋਂ ਵੀ ਇੱਥੇ ਆਓ ਇਹਨਾਂ ਵਿਚਾਰਿਆਂ ਲਈ ਬ੍ਰੈਡ ਬਿਸਕੁਟ ਜੋ ਵੀ ਤੁਸੀਂ ਆਪਦੇ ਕੋਲ ਫਰੂਟ ਵਗੈਰਾ ਲੈ ਸਕਦੇ ਹੋ ਖਵਾਓ, ਕਿਉਂਕਿ ਇਹ ਆਪਣੇ ਕਰਕੇ ਬੈਠੇ ਆ ਵੀ ਆਪਣੇ ਤੋਂ ਕੁਛ ਖਾਣ ਪੀਣ ਨੂੰ ਮਿਲੂਗਾ। ਜੇ ਰੱਬ ਨੇ ਆਪਾਂ ਨੂੰ ਦਿੱਤਾ ਤਾਂ ਇਹਨਾਂ ਨੂੰ ਹੀ ਦਿਓ, ਕਿਰਸ ਨਾ ਕਰੋ। ਮਜੂਸੀ ਕਰਕੇ ਕੀ ਲੈ ਜਾਓ ਦੁਨੀਆ ਤੋਂ, ਬੰਦਾ ਖੁਸ਼ੀਆਂ ਵੰਡੋ, ਖੁਸ਼ੀਆਂ ਪਾਓ। ਤਾਂ ਹੀ ਆ ਵੀ ਇੱਕ ਮਿੰਟ ਦੀ ਵੀਡੀਓ ਲਾ ਲਈਏ ਤੁਹਾਡੇ ਕੋਲ ਆਪਾਂ। ਜੀਓ ਜੀਓ ਸਭ ਕੁਝ ਬੰਦ ਹੋ ਜਾਂਦਾ ਇੱਥੇ ਆ ਕੇ। ਹੁਣ ਸਾਨੂੰ ਵੀ ਮੈਸੇਜ ਆਇਆ ਲੋ ਵੈਲਕਮ ਟੂ ਹਿਮਾਚਲ ਦਾ। ਆਹ ਜਦੋਂ ਆਪਾਂ ਪੰਜਾਬ ਦੀ ਹੱਦ ਕ੍ਰੋਸ ਕਰਾਂਗੇ ਉੱਥੋਂ ਗਾਂ ਇੱਕ ਨਵਾਂ ਰੋਡ ਕੱਢਿਆ, ਬਿਲਕੁਲ ਰੋਡ ਖਾਲੀ ਨਵੀਂ ਸੜਕੀ ਆ, ਉਦਘਾਟਨ ਆਪਾਂ ਹੀ ਕੀਤਾ ਬਰਿਆਦ ਕੀਤਾ ਆ ਕੇ। ਸ਼ਿਵਬਾੜੀ ਹੈਗਾ ਜੀ 2 ਕਿਲੋਮੀਟਰ, 2 ਕਿਲੋਮੀਟਰ ਨਹੀਂ 9 ਕਿਲੋਮੀਟਰ ਹੈ ਇੱਥੋਂ। ਅਤੇ ਰੋਡ ਹੈਗਾ ਜੀ ਦੇਖੋ ਸੱਪ ਦੇ ਵਲੇਵੇਂ ਵਾਂਗੂ। ਹੁਣ ਬਾਬੂ ਜੀ ਕਹਿੰਦੇ ਟੋਪੀ ਫੜ ਲਓ, ਲੋਕਾਂ ਟੋਪੀਆਂ ਫੜ ਲਓ। ਆ ਗਏ ਸ਼ਿਵਬਾੜੀ, ਅਤੇ ਹੁਣ ਉੱਥੇ ਬਸ ਮੱਥਾ ਟੇਕ ਕੇ, ਇੱਥੋਂ ਚਿੰਤਪੁਰਨੀ ਹੈਗਾ 22 ਕਿਲੋਮੀਟਰ, ਅਤੇ ਮੱਥਾ ਟੇਕ ਕੇ ਫਿਰ ਚੱਲਦੇ ਚਿੰਤਪੁਰਨੀ। ਹੁਣ ਇਹਨਾਂ ਨੇ ਇੱਕ ਸ਼ੋਰਟਕੱਟ ਰਸਤਾ ਕੱਢਿਆ ਥੋੜ੍ਹਾ ਜਿਹਾ, ਪਰ ਹੈਗਾ ਤਾਂ ਸੁਨਸਾਨ ਹੀ ਆ, ਅਤੇ ਬਟ ਉੱਥੇ ਆਵਾਜਾਈ ਬਿਲਕੁਲ ਹੈ ਨਹੀਂ, ਉਹ ਸਿੱਧਾ ਸ਼ਿਵਬਾੜੀ ਦੇ ਕੋਲ ਆ ਕੇ ਨਿਕਲਦਾ। ਡਰਾਈਵਰ ਕੋਈ ਆਪਾਂ ਨੂੰ 7-8 ਕਿਲੋਮੀਟਰ ਪੈ ਜਾਂਦਾ ਟ੍ਰੈਫਿਕ ਤੋਂ ਬਚ ਕੇ ਬੰਦਾ। ਅਤੇ ਆਹ ਸ਼ਿਵਬਾੜੀ ਦੇ ਦਰਸ਼ਨ ਦੇਖ ਲਓ ਜੀ, ਹਜੇ ਉਹ ਸਾਡੇ ਸੂਰ ਸਾਹਿਬ ਗਏ ਆ ਫਰੈਸ਼ ਹੋਣ, ਅਤੇ ਮੌਸਮ ਪੂਰਾ ਠੰਡਾ, ਧੁੱਪ ਹੈ ਨਹੀਂ, ਅਤੇ ਮਤਲਬ ਕਾਫੀ ਆ, ਬਰਸਾਤ ਨਹੀਂ ਹੋ ਰਹੀ, ਕੱਪੜੇ ਹਜੇ ਤੱਕ ਗਿੱਲੇ ਆ, ਟੀ ਸ਼ਰਟ ਵਗੈਰਾ ਤਾਂ ਸੁੱਕ ਗਈ ਆ ਪਰ ਕੈਪਰੀ ਵਗੈਰਾ ਹਜੇ ਗਿੱਲੀ ਆ। ਉੱਥੇ ਜਾ ਕੇ ਚੇਂਜ ਕਰਕੇ ਅੱਗੇ ਚੱਲਦੇ ਹਾਂ ਫਿਰ ਮੱਥਾ ਟੇਕ ਕੇ, ਫਿਰ ਮਿਲਦੇ ਹਾਂ ਥੋੜ੍ਹੀ ਦੇਰ ਕਰ ਤੁਹਾਨੂੰ। ਸ਼ਿਵਬਾੜੀ ਦੇ ਜੰਗਲ ਕੁਦਰਤੀ ਨਾਲੇ
ਗਲਾਈ ਦੇ ਨਾਲ ਹਾਂ ਗਲਾਈ ਦੇ ਨਾਲ ਘੁੰਮਦਾ ਪੈਂਦਾ ਹਾਂ ਕੋਣੀ ਮੋੜ ਆ ਜਾਂਦੇ ਨਾ ਸਰ ਤੁਸੀਂ ਬਾਈਕ ਚਲਾਓ ਨਜ਼ਾਰੇ ਅਸੀਂ ਦੇਖਾਂਗੇ ਤੁਸੀਂ ਅਸੀਂ ਡਰਾਈਵਰੀ ਕਰਨੀ ਹੈ ਤੂੰ ਵੀ ਧਿਆਨ ਨਾਲ ਹੁਣ ਫੋਨ ਫੜਿਆ ਹੱਥ 'ਚ ਅਤੇ ਕੰਮ ਖਰਾਬ ਨਾ ਹੋ ਜਾਵੇ ਹਾਂ ਇੱਥੋਂ ਰਹਿ ਗਿਆ ਜੀ 6 ਕਿਲੋਮੀਟਰ ਚਿੰਤਪੁਰਨੀ ਮਾਤਾ ਦਾ ਮੰਦਿਰ ਅਤੇ ਹੁਣ ਆਪਾਂ ਮਿਲਦੇ ਹਾਂ ਮੰਦਿਰ ਦੇ ਕੋਲ ਜਾ ਕੇ ਉਦੋਂ ਤੱਕ ਵੇਟ ਪਹੁੰਚ ਗਏ ਜੀ ਦਰਬਾਰ 'ਤੇ ਰਸ਼ ਹੈ ਨਹੀਂ ਇੰਨਾ ਅਤੇ ਮਹਾਰਾਜ ਦੇ ਦਰਸ਼ਨ ਵੀ ਵਧੀਆ ਹੋ ਜਾਣਗੇ ਆਪਾਂ ਪਰਲੇ ਪਾਸੇ ਜਾਣਾ ਇੱਥੋਂ ਕੱਟ ਮਾਰਨੀ ਠੀਕ ਹੈ ਆਪਾਂ ਹੁਣ ਮੱਥਾ ਟੇਕ ਕੇ ਆ ਗਏ ਵਾਪਸ ਅਤੇ ਖਾਣਾ ਉਹਨਾਂ ਦਾ ਪੈਰ ਦਾ ਖਾ ਲਿਆ ਆਪਾਂ ਰੁਕੇ ਹਾਂ ਇੱਕ ਦੋ ਫੋਟੋਆਂ ਖਿੱਚਣੀਆਂ ਜਨਾਬ ਸਾਡੇ ਕਹਿੰਦੇ ਸੂਰ ਸਾਹਿਬ ਅਤੇ ਆਹ ਇੱਥੋਂ ਦਾ ਵਿਊ ਹੈ ਦੇਖੋ ਪੂਰਾ ਬੱਦਲ ਇਸ ਟਾਈਮ ਭਰਵਾਈ ਤੋਂ ਆਪਾਂ ਗਾਂਹ ਆ ਗਏ ਕਾਫੀ ਅਤੇ ਹੁਣ ਮਾੜਾ ਰੁਕੇ ਹਾਂ ਅਤੇ ਸਾਹਿਬ ਸਾਡੇ ਕਹਿੰਦੇ ਕਿ ਬੰਬੇ ਪਿਕਨਿਕ ਸਪੋਟ 'ਤੇ ਵੀ ਰੁਕਣਾ ਅਤੇ ਉੱਥੇ ਰੁਕਾਂਗੇ ਬਸ 15-20 ਮਿੰਟ ਅੱਧਾ ਘੰਟਾ ਫਿਰ ਵਾਪਸੀ ਘਰ ਨੂੰ ਅੱਗਾ ਮੌਸਮ ਬਹੁਤ ਠੰਡਾ ਹਾਂ ਦੇਖੋ ਬੱਦਲ ਪੂਰਾ ਜਦੋਂ ਮਰਜ਼ੀ ਮੀਂਹ ਪੈ ਸਕਦਾ ਗੌਰਵ ਸੂਦ ਸਾਹਿਬ ਬੈਠੇ ਆ ਕਹਿੰਦੇ ਫੋਟੋ ਖਿਚਾਉਣੇ ਕੈਪਰੀ ਟੀ ਸ਼ਰਟ 'ਚ ਆਹ ਵੇਖ ਮੌਸਮ ਖਾਲੀ ਰੋਡ ਗੱਲਾਂ ਸ਼ੁਰੂ ਹੋ ਗਿਆ ਇੱਥੇ ਆ ਗਏ ਚੌਹਾਲ ਡੈਮ ਦੇਖੋ ਜੀ ਮੌਸਮ ਕਿਤਨਾ ਅੱਛਾ ਅੱਛਾ ਹੈ ਬਰਸਾਤ ਦੀ ਸੰਭਾਵਨਾ ਪੂਰੀ ਹੈ ਜਾਂ ਹੁਸ਼ਿਆਰਪੁਰ ਪੈਂਦਾ ਹੋਊਗਾ ਤੇ ਜਾਂ ਸਾਡੇ ਜਾਂਦੇ ਤੱਕ ਸਾਡੀ ਵੇਟ ਕਰਦਾ ਹੋਣਾ ਵੀ ਜਦੋਂ ਸਾਡੇ ਬੰਦੇ ਆਉਂਦੇ ਮੈਮ ਬਰਸਾਂ ਆਹ ਦੇਖ ਲਓ ਜੀ ਸਾਡਾ ਡਰਾਈਵਰ ਥੋੜ੍ਹਾ ਕੱਚਾ ਪਰ ਡਰ ਹੀ ਲੱਗਦਾ ਬਹਿ ਕੇ ਵੀ ਲੱਤਾਂ ਵਾਹਵਾਂ ਨਾਲ ਚਲਾ ਦੇ ਸਾਡੀਆਂ ਇਹ ਤਾਂ ਨਹੀਂ